यीशु मसीह के नाम विच सारे विश्वासी भैन भाइयों नूं मेरे वल्लों प्यार भरी जय मसीह दी। अज असीं इस कहानी दे विच मूसा दे बारे सिखांगे। बाइबल यह दसदी है कि लेवी दे घराने दे एक व्यक्ति ने लेवी वंश दी एक औरत नाल व्याह कीता। उन्हां तों एक पुत्तर जम्मिया जो बहुत ही सोहना सी। उन्हां ने उस बच्चे नूं छुपा के रखिया क्योंकि मिश्री लोग नहीं चाहते सी कि इसराइलियों की संख्या वधे, इसलिए वह उन्होंने नवे जमे बच्चों नूं मरवा देंदे सी। जब वह उसनूं होर ना लुका सकी तो उसने उसनूं एक टोकरी विच पा के दरिया दे विच रोड़ दिता। जब वह टोकरी दूर तक गई तो फिरौन की धी उस नदी दे विच नहा रही सी। फिरौन की धी ਅਤੇ ਉਹਦੀਆਂ ਸਹੇਲੀਆਂ ਨੇ ਉਸ ਟੋਕਰੀ ਨੂੰ ਵੇਖਿਆ। ਜਦ ਉਹਨਾਂ ਨੇ ਇਸ ਟੋਕਰੀ ਨੂੰ ਖੋਲ੍ਹ ਕੇ ਵੇਖਿਆ ਤਾਂ ਉਹਦੇ ਵਿੱਚ ਇੱਕ ਬੱਚੇ ਨੂੰ ਵੇਖਿਆ ਜੋ ਬਹੁਤ ਹੀ ਸੋਹਣਾ ਸੀ ਅਤੇ ਉਹ ਰੋ ਰਿਹਾ ਸੀ, ਤਾਂ ਉਸਨੇ ਉਸ ਬੱਚੇ ਨੂੰ ਆਪਣਾ ਪੁੱਤਰ ਬਣਾ ਲਿਆ। ਜਦ ਮੂਸਾ ਜਵਾਨ ਹੋਇਆ ਤੇ ਉਹਨੂੰ ਪਤਾ ਲੱਗਿਆ ਕਿ ਉਹ ਇਸਰਾਇਲ ਦੇ ਘਰਾਣੇ ਵਿੱਚੋਂ ਹੈ, ਤਾਂ ਜਦੋਂ ਮਿਸ਼ਰੀ ਲੋਕ ਇਸਰਾਇਲੀਆਂ ਤੇ ਜ਼ੁਲਮ ਕਰਦੇ ਤਾਂ ਉਸਨੂੰ ਬਹੁਤ ਬੁਰਾ ਲੱਗਦਾ। ਉਹ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਇੱਦਾਂ ਨਾ ਕਰੋ, ਪਰ ਮਿਸ਼ਰੀ ਲੋਕ ਉਹਦੀ ਗੱਲ ਨੂੰ ਨਹੀਂ ਸੁਣਦੇ। ਅਤੇ ਇੱਥੇ ਅਸੀਂ ਇਹ ਵੇਖਦੇ ਹਾਂ ਦੋਸਤੋ, ਇਸਰਾਇਲੀ ਲੋਕ ਇਸ ਪੀੜ ਨੂੰ ਸਹਿੰਦੇ ਸਹਿੰਦੇ ਯਹੋਵਾ ਨੂੰ ਦੁਹਾਈ ਦਿੰਦੇ ਰਹੇ। ਤਾਂ ਇੱਕ ਦਿਨ ਐਸਾ ਆਇਆ ਕਿ ਯਹੋਵਾ ਪਰਮੇਸ਼ਰ ਨੇ ਇਸਰਾਇਲੀ ਲੋਕਾਂ ਦੇ ਕਰਾਉਣ ਨੂੰ ਸੁਣਿਆ। ਅਤੇ ਇੱਕ ਦਿਨ ਮੂਸਾ ਭੇਡ ਬੱਕਰੀਆਂ ਨੂੰ ਚਰਾ ਰਿਹਾ ਸੀ। ਉਹ ਭੇਡ ਬੱਕਰੀਆਂ ਨੂੰ ਚਰਾਉਂਦਾ ਚਰਾਉਂਦਾ ਪਰਮੇਸ਼ਰ ਦੇ ਪਰਬਤ ਦੇ ਕੋਲ ਪਹੁੰਚਿਆ ਅਤੇ ਉੱਥੇ ਉਸਨੇ ਇੱਕ ਜਲਦੀ ਹੋਈ ਝਾੜੀ ਨੂੰ ਵੇਖਿਆ। ਉਹਨੇ ਵੇਖਿਆ ਝਾੜੀ ਸੜ ਤਾਂ ਰਹੀ ਆ ਪਰ ਭਸਮ ਨਹੀਂ ਹੋ ਰਹੀ। ਉਹਨੇ ਕਿਹਾ ਮੈਂ ਕੋਲੇ ਜਾ ਕੇ ਵੇਖਦਾ ਕਿ ਕਿਹੋ ਜਿਹਾ ਅਦਭੁਤ ਕੰਮ ਆ। ਜਦ ਉਹ ਅੱਗੇ ਵਧਿਆ ਤਾਂ ਪਰਮੇਸ਼ੁਰ ਦੀ ਆਵਾਜ਼ ਆਈ, ਤੂੰ ਆਪਣੀ ਜੁੱਤੀ ਨੂੰ ਉਤਾਰ ਦੇ ਕਿਉਂਕਿ ਜਿਸ ਸਥਾਨ ਤੇ ਤੂੰ ਖੜਾ ਹੈ ਉਹ ਪਵਿੱਤਰ ਸਥਾਨ। ਇਸੇ ਪ੍ਰਕਾਰ ਸਾਨੂੰ ਵੀ ਦੋਸਤੋ ਯਹੋਵਾ ਪਰਮੇਸ਼ੁਰ ਨੂੰ ਸਦਾ ਆਦਰ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਮੂਸਾ ਨੇ ਯਹੋਵਾ ਪਰਮੇਸ਼ੁਰ ਨੂੰ ਆਦਰ ਦਿੱਤਾ। ਅਤੇ ਫਿਰ ਯਹੋਵਾ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, ਮੈਂ ਆਪਣੇ ਲੋਕਾਂ ਦੀ ਦੁਹਾਈ ਨੂੰ ਸੁਣਿਆ ਹੈ ਅਤੇ ਮੈਂ ਤੈਨੂੰ ਫਿਰੌਨ ਦੇ ਕੋਲੇ ਘੱਲਦਾ ਹਾਂ। ਪਰ ਮੂਸਾ ਨੇ ਕਿਹਾ, ਪ੍ਰਭੂ ਜੀ, ਮੈਂ ਇਸ ਯੋਗ ਨਹੀਂ ਹਾਂ ਕਿ ਮੈਂ ਇਹ ਕੰਮ ਕਰ ਸਕਾਂ ਕਿ ਮੈਂ ਇਸਰਾਇਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਕੱਢ ਲਿਆਵਾਂ। ਤਦ ਪਰਮੇਸ਼ੁਰ ਨੇ ਕਿਹਾ, ਮੈਂ ਤੇਰੇ ਸੰਗ ਚੱਲਾਂਗਾ। ਜੀ ਹਾਂ ਦੋਸਤੋ, ਜਦ ਪਰਮੇਸ਼ੁਰ ਮਹਿਮਾ ਦੇ ਕੰਮ ਸਾਡੇ ਕੋਲੋਂ ਕਰਵਾਉਂਦਾ ਹੈ ਤਾਂ ਉਹ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦਾ। ਤਦ ਮੂਸਾ ਨੇ ਪਰਮੇਸ਼ੁਰ ਨੂੰ ਕਿਹਾ, ਜਦ ਮੈਂ ਇਸਰਾਇਲੀਆਂ ਦੇ ਕੋਲ ਜਾਵਾਂਗਾ ਤਾਂ ਮੈਂ ਕਿਸ ਨਾਂ ਤੇ ਜਾਵਾਂਗਾ, ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ? ਤਦ ਪਰਮੇਸ਼ੁਰ ਨੇ ਕਿਹਾ, ਤੂੰ ਕਹੀਂ ਜਿਸਨੇ ਮੈਨੂੰ ਇਕੱਲਿਆ ਹੈ ਉਸ ਦਾ ਨਾਮ ਹੈ ਮੈਂ ਹਾਂ। ਫਿਰ ਯਹੋਵਾ ਪਰਮੇਸ਼ੁਰ ਨੇ ਮੂਸਾ ਨੂੰ ਇੱਕ ਲਾਠੀ ਦਿੱਤੀ ਜਿਸ ਨਾਲ ਉਹ ਚਿੰਨ੍ਹ ਅਤੇ ਚਮਤਕਾਰ ਕਰ ਸਕੇ ਅਤੇ ਜਿਸਦੇ ਦੁਆਰਾ ਇਸਰਾਇਲੀ ਲੋਕ ਮੂਸਾ ਦਾ ਵਿਸ਼ਵਾਸ ਕਰਨ। ਤੇ ਅੱਗੇ ਅਸੀਂ ਇਹ ਦੇਖਦੇ ਹਾਂ ਕਿ ਮੂਸਾ ਇਹ ਸਾਰੀਆਂ ਗੱਲਾਂ ਇਸਰਾਇਲੀ ਲੋਕਾਂ ਨੂੰ ਦੱਸਦਾ ਹੈ ਅਤੇ ਇਸਰਾਇਲੀ ਲੋਕ ਵੀ ਮੂਸਾ ਦੀ ਗੱਲ ਦਾ ਵਿਸ਼ਵਾਸ ਕਰਦੇ ਹਨ। ਕਿਉਂਕਿ ਦੋਸਤੋ, ਪਰਮੇਸ਼ੁਰ ਆਪਣੇ ਲੋਕਾਂ ਦੇ ਦਿਲਾਂ ਨੂੰ ਖੁਦ ਆਪ ਹੀ ਤਿਆਰ ਕਰਦਾ ਹੈ। ਤੇ ਇਸ ਤੋਂ ਬਾਅਦ ਮੂਸਾ ਫਿਰੌਨ ਕੋਲੇ ਜਾਂਦਾ ਹੈ ਅਤੇ ਉਹਨੂੰ ਕਹਿੰਦਾ ਹੈ, ਪਰਮੇਸ਼ੁਰ ਯਹੋਵਾ ਨੇ ਇਉਂ ਫਰਮਾਇਆ ਹੈ ਕਿ ਤੂੰ ਮੇਰੀ ਪ੍ਰਜਾ ਇਸਰਾਇਲੀ ਲੋਕਾਂ ਨੂੰ ਛੱਡ ਦੇ ਕਿ ਉਹ ਜੰਗਲ ਦੇ ਵਿੱਚ ਮੇਰੀ ਉਪਾਸਨਾ ਕਰਨ ਅਤੇ ਮੇਰੇ ਲਈ ਪਰਵ ਕਰਨ। ਪਰ ਫਿਰੌਨ ਮੂਸਾ ਦੀ ਗੱਲ ਨਹੀਂ ਸੁਣਦਾ ਕਿਉਂਕਿ ਉਹ ਇੱਕ ਬਹੁਤ ਹੀ ਹਠੀਲੇ ਮਨ ਵਾਲਾ ਵਿਅਕਤੀ ਸੀ। ਦੋਸਤੋ, ਇੱਥੇ ਗੱਲ ਵੇਖਣ ਵਾਲੀ ਇਹ ਹੈ ਕਿ ਯਹੋਵਾ ਪਰਮੇਸ਼ੁਰ ਨੇ ਹੀ ਫਿਰੌਨ ਦੇ ਮਨ ਨੂੰ ਹਠੀਲਾ ਬਣਾਇਆ ਸੀ। ਅਤੇ ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਫਿਰੌਨ ਨੇ ਇਸਰਾਇਲੀ ਲੋਕਾਂ ਦੇ ਉੱਤੇ ਹੋਰ ਔਖੇ ਕੰਮ ਪਾ ਦਿੱਤੇ। ਤਾਂ ਮੂਸਾ ਨੇ ਫਿਰੌਨ ਨੂੰ ਫਿਰ ਸਮਝਾਇਆ ਪਰ ਉਹ ਨਹੀਂ ਮੰਨਿਆ। ਤਾਂ ਇਸ ਤੋਂ ਬਾਅਦ ਯਹੋਵਾ ਪਰਮੇਸ਼ੁਰ ਨੇ ਮਿਸਰੀ ਲੋਕਾਂ ਦੇ ਉੱਤੇ ਵਿਪੱਤੀਆਂ ਘੱਲਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਯਹੋਵਾ ਪਰਮੇਸ਼ੁਰ ਨੇ ਫਿਰੌਨ ਦੀ ਨਦੀ ਨੂੰ ਲਹੂ ਲੁਹਾਣ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਨੇ ਡੱਡੂਆਂ ਅਤੇ ਟਿੱਡੀਆਂ ਨੂੰ ਘੱਲਿਆ, ਉਹ ਫਿਰ ਵੀ ਨਹੀਂ ਮੰਨਿਆ। ਇਸੇ ਪ੍ਰਕਾਰ ਯਹੋਵਾ ਪਰਮੇਸ਼ੁਰ ਨੇ ਬਹੁਤ ਸਾਰੀਆਂ ਵਿਪੱਤੀਆਂ ਮਿਸਰੀ ਲੋਕਾਂ ਦੇ ਉੱਤੇ ਘੱਲੀਆਂ ਪਰ ਫਿਰ ਵੀ ਫਿਰੌਨ ਰਾਜਾ ਨਹੀਂ ਮੰਨਿਆ। ਅਤੇ ਸਭ ਤੋਂ ਆਖਰ ਦੇ ਵਿੱਚ ਯਹੋਵਾ ਪਰਮੇਸ਼ੁਰ ਨੇ ਪਹਿਲੋਠੇ ਦੀ ਮੌਤ ਦੀ ਵਿਪੱਤੀ ਮਿਸਰੀ ਲੋਕਾਂ 'ਤੇ ਘੱਲੀ। ਜੀ ਹਾਂ ਦੋਸਤੋ, ਪਹਿਲੋਠੇ ਦੀ ਮੌਤ ਇਹ ਸੀ
कि हर एक परिवार के सब तो वड्डे बच्चे की मौत होनी उस रात तय सी। कि यहोवा परमेश्वर ने यह फरमाया कि इसराइली लोग शुद्ध मेमने का लहू अपनिया चगाठा ते ला लैन। जद मौत का दूत उन्हां दे घरां दे अगों दी लंघेगा, जिस घर दे उत्ते मेमने का लहू लग्या होवेगा उस घर विच कोई हानि नहीं होवेगी। अते इस तो बाद असी ये वेखते हाँ दोस्तों, जदों फिरौन दे बेटे दी भी मौत हो गई अते सारे मिस्री लोकां दे पहलौठे दी मौत होण लगी, तां फिरौन ने मूसा नूं बुला के कहा, तू इसराइलियां नूं इत्थों लै जा। अते इस तो बाद मूसा इसराइली लोकां नूं लै के मिश्र देश विच्चों निकल जांदा है। अते परमेश्वर मूसा नूं हुक्म दिंदा है कि तू छोटे रस्ते विच्चों दी ना जाई, तू लंबे रस्ते विच्चों दी जाई, तां कि परमेश्वर इसराइली लोकां नूं बहुत सारियां गल्लां सिखा सके। उस रस्ते विच परमेश्वर ने दिन विच बदल बन के अते रात दे समय अग दा खंभा बन के उन्हां दा मार्गदर्शन कीता। अते असी ए वी वेखदे हां कि उन्हां नूं खाण वास्ते मन्ना स्वर्ग तो उतरिया। ते अगे असी वेखदे हां कि इसराइली लोकां नूं एक विशाल समुंदर दा सामना करना पैंदा है। ए वेख के इसराइली लोक मूसा ते चिड़न लगदे हन अते उस नूं कहिंदे हन कि मिस्र दे विच कबरां घट सन, तूं सानूं इत्थे मरन वास्ते लै आया है। पर मूसा ने उन्हां नूं कहा, डरो नहीं पर चुप चाप खड़े रहो अते वेखो कितना यहोवा तुहाडे लई अचरज कम्मां नूं करदा है, जिसने हुण तक तुहानूं संभालिया अते मिस्र दी गुलामी विचों कढ लियाया, तो अगे भी तुहाडी सहायता करेगा। मूसा ने अपनी लाठी अगे वधाई अते समुंदर दे उत्ते लाई। समुंदर दो हिस्से हो गया अते इसराइली सुखी जमीन दे विचों दी समुंदर नूं पार कर गए। अते वेखदिया ही फिरौन दी सेना भी उन्हां दे पिछे आ गई, क्योंकि परमेश्वर ने ही फिरौन दे मन नूं कठोर कर दिता सी, जिसके द्वारा इसराइलियां ते परमेश्वर दी महिमा प्रकट हो सके। फिरौन अते उहदी सेना ने सोचा कि जे इसराइली लोग समुंदर नूं पार कर सकते आ तां असी क्यों नहीं पार कर सकते। पर उन्हां दा इह सोचना गलत सी। जिवें ही ओह समुंदर विच पहुंचे तां यहोवा परमेश्वर ने मूसा नूं फिर लाठी चुकण वास्ते कहा अते समुंदर दा पाणी फिर मिल गया अते फिरौन दी सारी सेना तहस नहस हो गई। तद इसराइलियां ने यहोवा परमेश्वर दे भय नूं मन्निया अते जाणिया कि यही साडे बाप दादियां दा परमेश्वर है। मैं आशा करदा हाँ कि तुहानूं इह संखेप वेरवा मूसा दी कहानी दा चंगा लग्या होवेगा। अते जेकर तुहानूं इह चंगा लग्या तां तुसीं इस नूं दूजिआं नाल वी शेयर कर सकदे हो। परमेश्वर तुहानूं बहुतायत नाल आशीष देवे। आमीन। हालेलुया। सारिआं नूं जय मसीह की।